ਹੈਲੋ, ਮੇਰਾ ਨਾਮ ਚੌਧਰੀ ਰਜਿੰਦਰ ਨਿੱਜਰ ਹੈਗਾ ਤੇ ਮੈਂ ਪੰਡੋਰੀ ਨਿੱਜਰਾਂ ਦਾ ਜੱਟ ਹੈਗਾ। ਜਿੰਨਾ ਚਿਰ ਤੁਸੀਂ ਆਪਣੇ ਕੱਚੇ ਪਿਓ ਨੂੰ ਨੀ ਪਛਾਣਦੇ, ਪੱਕੇ ਪਿਓ ਦੀ ਸੁਰਤ ਨਹੀਂ ਆਉਂਦੀ। ਪਹਿਲਾਂ ਕੱਚੇ ਪਿਓ ਦੇ ਬਣੋ, ਫਿਰ ਪੱਕੇ ਪਿਓ ਦੇ ਬਣੋਗੇ। ਇਸ ਲਈ ਜਿਹੜਾ ਪਹਿਲਾਂ ਆਇਆ ਨਾ ਸਤਿਗੁਰੂ ਦੁਨੀਆਂ 'ਚ, ਉਹਨੂੰ ਕ੍ਰਾਈਸਟ ਕਹੀਦਾ ਅੰਗਰੇਜ਼ੀ 'ਚ, ਉਹ ਜੀਜ਼ਸ ਸੀਗਾ ਪਹਿਲਾ ਸਤਿਗੁਰੂ। ਅਤੇ ਇੱਥੇ ਜਿਹੜਾ ਸੀ ਮੰਦਰ ਜਿਹੜਾ ਸੀ ਇਹਨਾਂ ਦਾ ਉੱਥੇ ਜਰੂਸਲਮ, ਉੱਥੇ ਉਹ ਜਿਹੜੇ ਉਹਨਾਂ ਦੇ ਸੀਗੇ ਪੁਜਾਰੀ, ਉਹ ਉਹਨਾਂ ਨੂੰ ਜਿਸਮ ਦਾ ਜੀਵ ਬਣਾਏ ਜਾਂਦੇ ਸੀਗੇ। ਜਿਸਮ ਦਾ ਜੀਵ ਬਣਨ ਕਰਕੇ ਉਹਨਾਂ ਦਾ ਜਿਹੜਾ ਸੀ ਨਾ ਤੁਲਕ ਇਬਰਾਹਿਮ ਨਾਲ ਟੁੱਟ ਜਾਂਦਾ ਸੀ। ਕੋਈ ਇਬਰਾਹਿਮ ਸਮੈਟਿਕ ਰੇਸ ਦਾ ਹੈਗਾ, ਇਹ ਰੇਸਾਂ ਹੈਗੀਆਂ ਇਹਦੇ 'ਚ, ਆਦਮ ਦਾ ਹੈਗਾ ਇਹ ਜਿਸਮ ਆਦਮ ਵਿੱਚ ਹੈਗਾ, ਰੂਹ 'ਚ ਨਹੀਂ ਹੈਗਾ। ਜੀਵ ਰੂਹ ਵਿੱਚ ਹੈਗੀ, ਜੀਵ ਇੱਕ ਮਜ਼ਹਬ ਹੈਗਾ, ਇੱਕ ਮਜ਼ਹਬੀ ਜਮਾਤ ਹੈਗੀ, ਜਿੱਦਾਂ ਹਿੰਦੂ ਹੈਗੀ ਅਤੇ ਪਹਿਲੀ ਜਮਾਤ ਹੈਗੀ ਇਹ, ਹਿੰਦੂ ਪਹਿਲੀ ਜਮਾਤ, ਸਿੱਖ ਦੂਜੀ, ਖਾਲਸਾ ਤੀਜੀ ਜਮਾਤ ਹੈਗੀ, ਚੌਥੇ ਹੈਗੇ ਨਿਰਮਲੇ ਸੰਤ ਆਰਫ। ਅਤੇ ਉਹ ਜੀਵ ਬਣਾਏ ਜਾਂਦੇ ਨੇ, ਜਿਸਮ ਦਾ ਜੀਵ ਬਣਾ ਕੇ ਉਹਨਾਂ ਦਾ ਜਿਹੜਾ ਸੀਗਾ ਨਾ ਸੰਬੰਧ ਇਬਰਾਹਿਮ ਨਾਲ ਤੋੜੀ ਜਾਂਦੇ ਸੀਗੇ। ਅਤੇ ਜਿਹਨਾਂ ਨੂੰ ਸੁਰਤ ਆਈ ਕਿ ਅਸੀਂ ਜੀਵ ਨਹੀਂ ਹੈਗੇ ਜਿਸਮ ਦੇ, ਇਸੇ ਤਰ੍ਹਾਂ ਸਾਡੀ ਕੌਮ ਹੈਗੀ, ਕੋਈ ਸੀਗਾ ਲੀਵਾਈ ਟ੍ਰਾਈਬ ਦਾ, ਕੋਈ ਬੈਂਜਾਮਿਨ, ਕੋਈ ਜੁੱਡਾ ਟ੍ਰਾਈਬ ਦਾ, ਜਿਹਨਾਂ ਨੂੰ ਸਮਝ ਆਈ ਉਹ ਫਿਰ ਜਾਣ ਦੀ ਵਾਪਸ ਤੋਂ ਗਏ ਸੀਗੇ। ਉਹਨੇ ਫਿਰ ਉਹਨਾਂ ਨੂੰ ਡੁਬਕੀ ਦਿੱਤੀ ਸੀ ਪਾਣੀ 'ਚ ਇਬਰਾਹਿਮ ਦੇ ਨਾਂ 'ਤੇ, ਕਿ ਤੁਸੀਂ ਹੁਣ ਇਬਰਾਹਿਮ ਦੇ ਪੁੱਤਰ ਹੈਗੇ ਆ, ਸੰਬੰਧ ਤੁਹਾਡਾ ਵੱਜ ਗਿਆ ਹੈਗਾ। ਅਤੇ ਉਹਨੇ ਫਿਰ ਜਿਹੜੇ ਸੀਗੇ ਉਹ ਫੜਾਏ ਸੀਗੇ ਜੀਜ਼ ਨੂੰ, ਵੀ ਇਹਨਾਂ ਨੂੰ ਹੁਣ ਤੁਸੀਂ ਪੱਕੇ ਪਿਓ ਦੇ ਬਣਾਓ, ਪਾਰਬ੍ਰਹਮ ਦੇ, ਅੱਲਾ ਦੇ, ਐਲੋਹੀਮ ਦੇ। ਜਿਹਨਾਂ 'ਚ ਕੱਚੇ ਪਿਓ ਦਾ ਨਹੀਂ ਬਣਦਾ, ਪੱਕੇ ਪਿਓ ਦੀ ਕਿਵੇਂ ਸੁਰਤ ਆਏਗੀ? ਜਿਹਨਾਂ ਨੂੰ ਕੱਚੇ ਪਿਓ ਦੀ ਸੁਰਤ ਸੀਗੀ ਉਹ ਫਿਰ ਪੱਕੇ ਪਿਓ ਨੂੰ ਢੂੰਡਣ ਗਏ ਸੀਗੇ। ਉਹਨੂੰ ਢੂੰਡਣ ਲਈ ਉਹਦੇ ਬਾਗ 'ਚ ਜਾਣਾ ਪੈਂਦਾ ਹੈਗਾ। ਉਹਦੇ ਬਾਗ ਨੂੰ ਜਿਹੜਾ ਹੈਗਾ ਦਰਵਾਜ਼ਾ, ਉਹ ਭੀੜਾ ਹੈਗਾ, ਉਹਦੇ 'ਚ ਇਕੱਲਾ ਇੱਕ ਆਦਮੀ ਜਾ ਸਕਦਾ, ਦੋ ਨਹੀਂ। ਉਹਦਾ ਆਹ ਹੈਗਾ ਬਾਗ ਅਤੇ ਉਹਦੇ ਦਰਵਾਜ਼ਾ। ਇੱਥੇ ਜਾਣ ਦੀ ਵਾਪਸੀ ਜਿਹੜਾ ਸੀਗਾ ਨਾ, ਉਹਨੇ ਡੁਬਕੀ ਦਿੱਤੀ ਸੀ ਜਿਹਨਾਂ ਨੂੰ ਸੁਰਤ ਆਈ ਕਿ ਅਸੀਂ ਜੀਵ ਬਾਹਰਲੇ ਨਹੀਂ ਹੈਗੇ, ਜਿਸਮ ਦੇ ਨਹੀਂ, ਸਾਡਾ ਜੀਵ ਇਨਵਰਡ ਹੈਗਾ, ਰੂਹ ਹੈਗੀ, ਜੀਵ ਸਾਡੀ, ਯਾਨੀ ਕਿ ਮਜ਼ਹਬੀ ਰੂਪ ਹੈਗਾ ਸਾਡਾ, ਇਹ ਜਿਸਮਾਨੀ ਨਹੀਂ। ਉਹ ਫਿਰ ਇਹਦੇ ਕੋਲ ਆਏ ਸੀ ਜਾਣ ਦੀ ਵਾਪਸੀ 'ਚ, ਉਹਨੇ ਫਿਰ ਡੁਬਕੀ ਦਿੱਤੀ ਸੀ ਉਹਨਾਂ ਨੂੰ ਪਾਣੀ 'ਚ ਇਬਰਾਹਿਮ ਦੇ ਨਾਂ 'ਤੇ। ਅਤੇ ਉਹ ਜਿਹੜੇ ਸੁਰਤ ਵਾਲੇ ਸੀਗੇ ਉਹ ਫਿਰ ਜਿਹੜਾ ਨਾ ਨੈਰੋ ਗੇਟ ਹੈਗਾ, ਇਹਦੇ 'ਚ ਇੱਕੋ ਆਦਮੀ ਜਾ ਸਕਦਾ, ਯਾਨੀ ਕਿ ਤੁਹਾਨੂੰ ਖੁਦ ਨਿਆਰਾ ਹੋ ਕੇ ਜਾਣਾ ਪੈਂਦਾ। ਸਿੱਖ ਜਿਹੜਾ ਹੁੰਦਾ ਉਹ ਹੁੰਦਾ ਜਿਹੜਾ ਨਿਆਰਾ ਹੋਵੇ, ਜਿਹੜਾ ਦੂਏ ਦੇ ਮਗਰ ਲੱਗੇ ਉਹ ਅੰਨਾ ਹੁੰਦਾ ਹੈਗਾ, ਅੰਨਾ ਨਹੀਂ ਜਾ ਸਕਦਾ। ਇਸ ਲਈ ਜਿਹਨੂੰ ਸੁਰਤ ਹੁੰਦੀ ਹੈਗੀ ਸੁਜਾਖਾ, ਉਹੀ ਪਾਰਬ੍ਰਹਮ ਨੂੰ ਅੱਲਾ ਐਲੋਹੀਮ ਦੇ ਬਾਗ 'ਚ ਜਾਂਦਾ। ਇਹ ਉਹਦਾ ਬਾਗ ਹੈਗਾ, ਬਗੀਚਾ। ਉਹਦੇ ਜਾਣ ਤੋਂ ਪਹਿਲਾਂ ਆਪਣੀ ਜਿਹੜੀ ਹੋਮ ਹੈਗੀ ਨਾ ਜਾਤ ਦੀ, ਉਹ ਜਲਾਉਣੀ ਪੈਂਦੀ ਗੀ ਉਹਨੂੰ। ਉਹ ਜਿਹੜਾ ਬੀਜ ਹੈਗਾ ਜਿਹੜਾ ਇੱਥੇ ਹੈਗਾ ਬਣਾਇਆ ਜਾਣ ਦੀ ਵਾਪਸ ਨੇ, ਜੋ ਉਹਨਾਂ ਨੂੰ ਆਪਣੇ ਪਿਓ ਦਾ ਬਣਾਇਆ, ਉਹ ਬੀਜ ਤੁਹਾਨੂੰ ਬੀਜਣਾ ਪੈਂਦਾ ਹੈਗਾ ਜ਼ਮੀਨ 'ਚ, ਉਹ ਫਿਰ ਬਣ ਜਾਂਦਾ ਪੌਦਾ। ਪੌਦਾ ਜਿਹੜਾ ਬਣਦਾ ਉਹ ਫਿਰ ਅੰਦਰ ਫਲ ਲਿਆਉਂਦਾ ਹੈਗਾ ਅੰਦਰ ਜਾ ਕੇ, ਇੱਥੇ ਬੀਜ ਨਹੀਂ ਫਲ ਲਿਆ ਸਕਦਾ। ਅਤੇ ਇਹਨੇ ਫਿਰ ਇੱਥੇ ਆਏਗਾ ਜਿਹੜਾ ਜਿਹੜੀ ਭੱਠੀ, ਨਾਮ ਦੀ ਭੱਠੀ, ਅੱਲਾ ਦੇ ਕਲਾਮ ਦੀ ਭੱਠੀ, ਆ ਹੀ ਇਹਦੇ ਵਿੱਚੋਂ ਦੀ ਪਕਾਉਣ, ਇੱਥੇ ਇਮਾਨ ਆਪਣਾ ਪਕਾਈਦਾ ਹੈਗਾ, ਕੱਚਾ ਤੋਂ ਪੱਕਾ ਬਣਾਈਦਾ ਹੈਗਾ। ਇੱਥੇ ਕੱਚਾ ਇਮਾਨ ਹੈਗਾ, ਇਹ ਕਾਬਾ ਹੈਗਾ, ਅਲਕਸਾ ਇੱਥੇ ਹੈਗੀ। ਮੁਹੰਮਦ ਸਾਹਿਬ ਦਾ ਜਿਹੜਾ ਸਫ਼ਰ ਸੀਗਾ ਨਾ, ਉਸਦੇ ਕਾਬਾ ਉਹਨਾਂ ਦਾ ਜਿਗਰ ਧੋਤਾ ਸੀਗਾ ਚਾਂਦੀ ਦੇ ਭਾਂਡੇ 'ਚ। ਅਤੇ ਫਿਰ ਜਿਹੜਾ ਮਹਿਰਾਜ ਜਿਹੜਾ ਉਹਦੀ ਚੜ੍ਹ ਕੇ ਗਿਆ ਸੀ, ਤਾਂ ਅਲਕਸਾ ਜਿਹੜਾ ਸੀਗਾ ਉੱਥੇ ਦਿਲ ਧੋਤਾ, ਇੱਥੇ ਦਿਲ ਧੋਤਾ ਜਾਂਦਾ, ਯਾਨੀ ਕ੍ਰਿਸਚੈਨਿਟੀ ਜਿਹੜੀ ਦਿਲ ਦੀ ਹੈਗੀ, ਜਿਹੜਾ ਅੱਲਾ ਹੈਗਾ ਉਹ ਦਿਲ ਨਾਲ ਤੁਲਕ ਰੱਖਦਾ, ਜਿਸਮ ਨਾਲ ਨਹੀਂ।
ਜਿਹਦੀ ਨੀਅਤ ਸਾਫ਼ ਹੋਵੇ। ਬੁੱਲੇ ਸ਼ਾਹ ਰੱਬ ਉਹਨਾਂ ਨੂੰ ਮਿਲਦਾ ਨੀਤਾਂ ਜਿਹਨਾਂ ਦੀਆਂ ਚੰਗੀਆਂ, ਇੱਥੇ ਨੀਅਤ ਦਾ ਫਲ ਮਿਲਦਾ ਹੈਗਾ। ਜੇ ਨੀਅਤ ਵੱਧੇਗੀ ਤਾਂ ਤੁਸੀਂ ਇੱਥੇ ਅੰਦਰ ਜਾ ਹੀ ਨਹੀਂ ਸਕਦੇ, ਫਿਰ ਇੱਧਰ ਹੀ ਤੁਸੀਂ ਸ਼ੈਤਾਨ ਦੇ ਪੁੱਤਰ ਬਣ ਕੇ ਤਾਂ ਘੁੰਮਦੇ ਰਹੋ। ਜਿੱਦਾਂ ਖੱਤਰੀ ਹੈਗੇ ਨੇ, ਇਹ ਇਹਨਾਂ ਦੀ ਨੀਅਤ ਵੱਧੇਗੀ ਬਹੁਤ ਸਾਰਿਆਂ ਦੀ, ਅਤੇ ਇਹ ਫਿਰ ਚਲਾਕੀਆਂ ਚਤਰ ਚਲਾਕੀਆਂ ਅਤੇ ਲੁੱਟਣ ਦੀ ਇਹਨਾਂ ਮਾਇਆ ਨੂੰ ਪੈਂਦੇ ਨੇ। ਜਿਹੜੀ ਨੀਅਤ ਵੱਧ ਹੋਵੇ ਉਹ ਮਾਇਆ ਨੂੰ ਜਾਂਦਾ, ਜਿਹਦੀ ਨੀਅਤ ਸਾਫ਼ ਹੋਵੇ ਉਹ ਮਾਇਆ ਨੂੰ ਦਰਕਦਾ ਹੈਗਾ ਵੀ ਮੇਰੇ ਕੋਲ ਨਾ ਆ, ਯਾਨੀ ਕਿ ਉਹ ਮਿਹਨਤ ਦੀ ਹੱਕ ਲਾ ਦੀ ਕਮਾਈ ਖਾਂਦਾ ਹੈਗਾ, ਹਰਾਮ ਨਹੀਂ ਖਾਂਦਾ ਉਹ, ਇਹ ਖੱਤਰੀ ਹਰਾਮ ਖਾਂਦੇ ਨੇ। ਜੱਟ ਚੂੜੇ ਚਮਾਰ ਜ਼ਿਮੀਂਦਾਰਾਂ ਕੌਮਾਂ ਜਿਹੜੀਆਂ ਸਾਰੀਆਂ ਹੈਗੀਆਂ ਅਰਾਈ ਹੋਏ, ਇਹ ਸਾਰੇ ਜਿਹੜੇ ਹੈਗੇ ਅਸੀਂ ਹੱਕ ਲਾਲ ਦੀ ਕਮਾਈ ਖਾਈ ਦੀ ਹੈਗੀ, ਅਸੀਂ ਹਰਾਮ ਨਹੀਂ ਖਾਣਾ ਜਿੱਜੇ ਹੋਏ, ਲੁੱਟਣ ਨਹੀਂ ਲੋਕਾਂ ਨੂੰ ਜਿੱਜੇ ਹੋਏ। ਅਤੇ ਇਸ ਕਰਕੇ ਇੱਥੇ ਉਹ ਫਿਰ ਜਾ ਸਕਦੇ ਅਤੇ ਇੱਥੇ ਉਹਦਾ ਕਲਾਮ ਮਿਲਦਾ ਅੱਲਾਹ ਦਾ। ਅੱਲਾਹ ਦੇ ਬਗੀਚੇ ਜਾਓਗੇ ਫਿਰ ਅੱਲਾਹ ਦਾ ਕਲਾਮ ਜੀਜੇ ਤੋਂ ਅਤੇ ਨਾਨਕ ਤੋਂ ਮਿਲੇਗਾ, ਅਤੇ ਤੁਸੀਂ ਫਿਰ ਆ ਕੇ ਲੋਕਾਂ ਨੂੰ ਸਮਝਾਉਣਾ ਹੈਗਾ, ਪ੍ਰਚਾਰ ਕਰਨਾ ਹੈਗਾ। ਇਹ ਹੁਣ ਜਿਹੜਾ ਹੈਗਾ 550ਵਾਂ ਜਿਹੜਾ ਹੈਗਾ ਬਰਥਡੇ ਹੈਗਾ ਸਤਿਗੁਰੂ, ਸਤਿਗੁਰੂ ਹੈਗਾ ਨਾਨਕ, ਗੁਰੂ ਨਹੀਂ ਸੀਗਾ। ਗੁਰੂ ਹੁੰਦਾ ਮਾਤਾ ਪਿਤਾ ਅਤੇ ਪੰਡਿਤ, ਜਿਹੜੇ ਕਿ ਮੋਰਲ ਸਿਕਸ਼ਾ ਦਿੰਦੇ, ਤਨ ਰਿਲੇਟਿਡ ਜਿਸਮ ਜਿਸਮਾਨੀ ਸਿਕਸ਼ਾ, ਜਿਹੜਾ ਰੂਹ ਨੂੰ ਦਿੰਦਾ, ਤੁਹਾਡੇ ਮਨ ਨੂੰ ਦਿੰਦਾ। ਮਨ ਜਿਹਨੂੰ ਨਫਸ ਕਹਿੰਦੇ ਆ, ਜਿਹਨੂੰ ਅੰਗਰੇਜ਼ੀ 'ਚ ਮਾਇੰਡ ਕਹਿੰਦੇ ਨੇ, ਜਿਹੜਾ ਉਹਨੂੰ ਸਿਕਸ਼ਾ ਦਿੰਦਾ ਹੈਗਾ ਉਹ ਸਤਿਗੁਰੂ ਹੁੰਦਾ, ਉਹਨੂੰ ਕ੍ਰਾਈਸਟ ਅੰਗਰੇਜ਼ੀ 'ਚ ਕਹਿੰਦੇ ਨੇ। ਅਤੇ ਨਾਨਕ ਜਿਹੜਾ ਸੀ ਉਹਨੇ ਮਨ ਨੂੰ ਸਿਕਸ਼ਾ ਦਿੱਤੀ, ਤਨ ਨੂੰ ਨਹੀਂ ਦਿੱਤੀ। ਉਹ ਜਗਤ ਗੁਰੂ ਨਹੀਂ ਸੀਗਾ, ਉਹ ਤਾਂ ਭਗਤ ਸੀਗਾ। ਜਿਹਦਾ ਭਗਤ ਕਬੀਰ ਜੀ ਕਹਿੰਦੇ, ਬ੍ਰਹਮਨ ਹੈ ਗੁਰੂ ਜਗਤ ਕਾ ਭਗਤਨ ਕਾ ਨਾਹੀ, ਭਗਤਨ ਦਾ ਨਹੀਂ ਹੈਗਾ, ਭਗਤਨ ਜਿਹੜੇ ਹੁੰਦੇ ਉਹ ਆਪ ਹੀ ਸਤਿਗੁਰੂ ਹੁੰਦੇ ਨੇ। ਇਹ ਹੈਗਾ ਭਗਤਨ ਦਾ ਹੁੰਦਾ, ਇਹ ਹਰਿਮੰਦਰ ਹੁੰਦਾ ਹੈਗਾ, ਇਹ ਅੱਲਾ ਦੀ ਮਸੀਤ ਹੈਗੀ। ਇਹ ਅੱਲਾ ਦੀ ਮਸੀਤ ਜੇ ਸਾਫ਼ ਹੋਏਗੀ ਤਾਂ ਅੱਲਾ ਅੰਦਰ ਆ ਕੇ ਰਹੇਗਾ। ਜੇ ਇਹ ਮਸੀਤ ਸਾਫ਼ ਨਹੀਂ ਹੈਗੀ, ਤੁਹਾਡੇ ਦਿਲ 'ਚ ਬੇਈਮਾਨੀਆਂ ਹੈਗੀਆਂ, ਸ਼ੈਤਾਨੀਆਂ ਹੈਗੀਆਂ, ਸਾਫ਼ ਦਿਲ ਨਹੀਂ ਹੈਗੇ, ਤੁਹਾਡੇ ਦਿਲ ਨੂੰ ਪਹਿਲਾਂ ਪਤਾ ਲੱਗਦਾ ਵੀ ਮੈਂ ਉਹਦੇ ਨਾਲ ਲੁੱਟਣਾ ਉਹਨੂੰ ਮੈਂ। ਜੇ ਤੁਹਾਡਾ ਦਿਲ ਇੱਦਾਂ ਦਾ ਹੈਗਾ ਵੀ ਉਹਨੂੰ ਲੁੱਟਣਾ ਹੈਗਾ, ਤਦ ਸ਼ੈਤਾਨ ਅੰਦਰ ਹੈਗਾ, ਅੱਲਾ ਨਹੀਂ ਅੰਦਰ ਆ ਸਕਦਾ। ਜਦੋਂ ਇਹ ਤੁਸੀਂ ਕਰੋਗੇ ਵੀ ਉਹਦੀ ਅਸੀਂ ਸੇਵਾ ਕਰਨੀ ਹੈਗੀ, ਉਹਨੂੰ ਆਓ ਭਗਤ ਕਰਨੀ ਹੈਗੀ, ਫਿਰ ਅੱਲਾ ਅੰਦਰ ਹੈਗਾ ਅਤੇ ਫਿਰ ਤੁਸੀਂ ਅੱਲਾ ਦਾ ਕਲਾਮ ਜਾਣ ਸਕਦੇ ਹੈਗੇ, ਉਹਦੇ ਨਾਲ ਪਿਆਰ ਕਰੋਗੇ। ਨਹੀਂ ਤਾਂ ਅੱਲਾ ਦੇ ਕਲਾਮ ਨਾਲ ਤੁਸੀਂ ਨਫ਼ਰਤ ਕਰੋਗੇ। ਅੱਲਾ ਦਾ ਕਲਾਮ ਪਾਓਗੇ ਤਾਂ ਅੱਲਾ ਦੇ ਪੁੱਤਰ ਬਣੋਗੇ। ਅੱਲਾ ਨੂਰ ਹੈਗਾ, ਜਿਹੜਾ ਵੀ ਅੱਲਾ ਦਾ ਨੂਰ ਦਿੰਦਾ ਹੈਗਾ, ਅੱਲਾ ਦੀ ਜ਼ਬਾਨ ਬੋਲਦਾ ਹੈਗਾ, ਉਹਦਾ ਪੁੱਤਰ ਹੈਗਾ, ਨਿਸ਼ਾਨ ਹੈਗਾ ਉਹਦਾ। ਇਹ ਜਿਹੜਾ ਮੁੱਲਾ ਹੈਗਾ ਨਾ, ਇਹ ਸ਼ੈਤਾਨ ਹੈਗੇ ਨੇ ਇਸਲਾਮ ਵਿੱਚ। ਇਹ ਜਿਹੜਾ ਇਸਲਾਮ ਹੈਗਾ, ਇਹ ਅੱਲਾ ਦਾ ਹੈਗਾ, ਅੱਲਾ ਸੂਰਜ ਹੈਗਾ, ਚੰਦ ਨਹੀਂ ਹੈਗਾ। ਇਹ ਚੰਦ ਤਾਰਾ ਜਿਹੜਾ ਇਹ ਮੁੱਲਾ ਦਾ ਹੈਗਾ, ਅਤੇ ਇਹ ਹੈਗਾ ਇਨਸ਼ ਮੁੱਲਾ ਦਾ ਇਸਲਾਮ ਹੈਗਾ, ਅੱਲਾ ਦਾ ਇਸਲਾਮ ਹੈਗਾ ਇਨਸ਼ ਅੱਲਾ। ਉਹਨੂੰ ਕਹਿੰਦੇ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ, ਇਹ ਇਸਲਾਮ ਹੈਗਾ। ਜੀਜੇ ਜੀ ਆਇਆ ਸੀ, ਉਹ ਕਹਿੰਦਾ ਆਈ ਹੈਵ ਕਮ ਡੂ ਦੀ ਵਿਲ ਆਫ ਮਾਈ ਫਾਦਰ ਨਾਟ ਮਾਈ ਵਿਲ, ਇਹ ਇਸਲਾਮ ਹੈਗਾ। ਇਹ ਮੁੱਲਾ ਜਿਹੜੇ ਨੇ ਆਪਣੀ ਕਰਦੇ ਨੇ, ਪਰ ਜਦੋਂ ਇਹ ਹਜ਼ਰਤ ਮੁਹੰਮਦ ਸਾਹਿਬ ਜਦੋਂ ਉਹਨਾਂ ਨੇ ਸ਼ੁਰੂ ਕੀਤਾ ਸੀ ਕੰਮ, ਉਦੋਂ ਇਹ ਜਿਹੜੇ ਸ਼ੈਤਾਨ ਜੀਵ ਸੀਗੇ, ਮਸਿਆਨਿਕ ਜੀਵ, ਇਹ ਜਿਹੜੇ ਭਗਤ ਸੀਗੇ ਆਰਫ, ਉਹਨਾਂ ਨੂੰ ਕਤਲ ਕਰਦੇ ਸੀਗੇ, ਉਹਨਾਂ ਨੂੰ ਸ਼ੇਰਾਂ ਮੋਹਰੇ ਪਾ ਕੇ ਅਤੇ ਤਮਾਸ਼ੇ ਦੇਖਦੇ ਸੀਗੇ। ਇੱਦਾਂ ਇਹਨਾਂ ਨੇ ਤਬਾਹੀ ਕੀਤੀ ਸੀਗੀ, ਅਤੇ ਜਿਹੜੇ ਜ਼ਿਆਦਾ ਸੀਗੇ ਭਗਤ ਉਹ ਇਜਿਪਟ ਵਿੱਚ ਸੀਗੇ, ਅਤੇ ਇਜਿਪਟ ਦੇ ਲੋਕ ਜਿਹੜੇ ਸੀਗੇ ਉਹ ਆਦਮ ਦੀ ਪੂਜਾ ਕਰਦੇ ਸੀ। ਆਦਮ ਦੀ ਪੂਜਾ ਦਾ ਮਤਲਬ ਹੈ ਆਦਮ, ਆਦਮੀ ਦੇ ਪੁੱਤਰ ਸਨ, ਸ਼ੈਤਾਨ ਦੇ ਨਹੀਂ ਸੀਗੇ। ਇਹ ਜਿਹੜੇ ਜੀਵ ਸੀਗੇ ਇਹ ਸ਼ੈਤਾਨ ਦੇ ਪੁੱਤਰ ਸਨ। ਮੰਦਰ ਜਿਹੜਾ ਸੀਗਾ, ਤਦੇ ਜੀਜੇ ਨੇ ਕੁਆਰੀ ਦੇ ਜਨਮ ਲਿਆ ਸੀ, ਕਿਉਂ ਇਹ
ਸ਼ੈਤਾਨ ਦੇ ਪੁੱਤਰ ਸਨ, ਬੰਦੇ ਦੇ ਪੁੱਤਰ ਨਹੀਂ ਸੀਗੇ। ਤੇ ਜੀਜ਼ ਨੇ ਇੱਕ ਵਾਰੀ ਇਹਦੇ ਕੋਲ ਲੈ ਕੇ ਐਸੇ ਇੱਕ ਜਨਾਨੀ ਜਿਹੜੀ ਨੇ ਅਡਲਟਰੀ ਕਰਦੀ ਹੋਰ ਕਿਸੇ ਨਾਲ ਕਰਦੀ ਤਾਂ ਫੜ ਲਈ ਸੀਗੀ, ਅਤੇ ਵੀ ਇਹਨੂੰ ਮਾਰਨਾ ਸੀ, ਇਹਨੂੰ ਸੰਗਸਾਰ ਕਰਨਾ ਹੈਗਾ, ਅਤੇ ਇਹਨੇ ਪਾਪ ਕੀਤਾ ਹੈਗਾ। ਉਹ ਜੀਜ਼ ਕੋਲ ਲੈ ਵੀ ਇਹ ਦੇਖ ਲਿਆ ਵੀ ਇਹ ਕੀ ਕਹਿੰਦਾ ਹੈਗਾ, ਇਹਨੂੰ ਟੈਸਟ ਕਰਦੇ ਹਾਂ ਅਸੀਂ। ਅਤੇ ਜੀਜ਼ ਨੇ ਅੱਛਾ ਟੈਸਟ ਕਰਨ ਲਈ ਲੈ ਆਉਂਦੇ, ਤਾਂ ਉਹਨੇ ਉਹਨੂੰ ਬੰਨ ਲਿਆ ਮਾਰਨ ਲਈ ਪੱਠੇ ਔਰ ਪੱਥਰ ਮਾਰਨ ਲਈ। ਅਤੇ ਜੀਜ਼ ਨੂੰ ਕਹਿੰਦੇ ਅਸੀਂ ਮਾਰੀਏ ਹੁਣ, ਉਹਨੂੰ ਉਹਦੀ ਪੁੱਛਣ ਲੱਗੇ ਵੀ ਇਹ ਕੀ ਕਹਿੰਦਾ ਹੈਗਾ, ਸਾਡੇ ਰਬਾਈ ਦਾ ਕਹਿੰਦੇ ਮਾਰ ਦਿਓ, ਅਤੇ ਇਹ ਕੀ ਕਹਿੰਦਾ ਹੈਗਾ, ਇਹਦੇ ਕੋਈ ਡਿਗਰੀ ਹੈ ਨਹੀਂ, ਕੁਛ ਨਹੀਂ ਹੈ, ਵੱਡਾ ਬੜਿਆ ਫਿਰਦਾ ਹੈਗਾ। ਉਹ ਥੱਲੇ ਜ਼ਮੀਨ 'ਤੇ ਲਿਖਣ ਲੱਗ ਪਿਆ ਹਰ ਇੱਕ ਦੇ ਪਾਪ, ਵੀ ਤੂੰ ਆਹ ਪਾਪ ਕੀਤਾ, ਤੂੰ ਆਹ ਪਾਪ ਕੀਤਾ। ਉਹ ਦੇਖਣ ਉੱਪਰੋਂ ਦੀ ਲੱਗ ਕੇ, ਅਤੇ ਉਹਨਾਂ ਨੂੰ ਫਿਰ ਪਤਾ ਲੱਗਿਆ ਇਹ ਤਾਂ ਸਾਰੇ ਪਾਪ ਜਾਣਦਾ ਸਾਡੇ। ਫਿਰ ਉਹ ਜਦੋਂ ਦੇਖਿਆ ਵੀ ਇਹ ਸਾਰੇ ਜਾਣਦਾ, ਫਿਰ ਜੀਜ਼ ਉੱਠ ਕੇ ਕਹਿੰਦਾ ਵੀ ਜਿਹਨੇ ਪਾਪ ਨਹੀਂ ਕੀਤਾ ਨਾ, ਉਹ ਪਹਿਲਾਂ ਪੱਥਰ ਮਾਰੇ। ਅਤੇ ਉਹ ਇੱਕ ਇੱਕ ਕਰਕੇ ਸਾਰੇ ਦੌੜ ਗਏ। ਇਹ ਸੀਗਾ ਜਿਸਮਾਨੀ ਹਰਾਮੀ ਉਹਨੇ ਪੈਦਾ ਕਰਨਾ। ਹੁਣ ਜੀਜ਼ ਗਿਆ ਉੱਥੇ, ਉਸੇ ਵੇਲੇ ਮੰਦਰ ਵਿੱਚ ਗਿਆ, ਉੱਥੇ ਬੈਠਾ ਸੀਗਾ ਐਨ ਗੱਬੇ ਜਿੱਥੇ ਟ੍ਰੇਜਰੀ ਹੁੰਦੀ ਹੈਗੀ, ਅਤੇ ਉਹੀ ਜਿਹੜੇ ਸ਼ਰਾਰਤੀ ਸੀਗੇ ਬਾਹਲੇ ਜੁੱਡਾ ਟ੍ਰਾਈਬ ਦੇ ਸੀਗੇ ਮੁੰਡੇ ਆਦਮੀ, ਸਾਡੇ ਤੋਂ ਫੜਿਆ ਨਹੀਂ ਗਿਆ, ਅਸੀਂ ਇਹਨੂੰ ਫੜਾ ਕਹਿਣਾ ਸੀ ਵੀ ਤੂੰ ਕਿੱਧਰੋਂ ਹੈਗਾ, ਵੀ ਰਬਾਈ ਬਣਿਆ, ਤੇਰੇ ਕੋਲ ਡਿਗਰੀ ਹੈ ਨਹੀਂ, ਕੁਛ ਨਹੀਂ ਹੈਗਾ। ਇਹ ਫੜਿਆ ਨਹੀਂ ਗਿਆ ਅਤੇ ਇਹਨੂੰ ਉਹਨਾਂ ਦੇ ਬੜੀਆਂ ਕਚੀਚੀਆਂ ਆਉਣ ਵੀ ਇਹਨੂੰ ਬਚ ਗਿਆ। ਅਤੇ ਉੱਥੇ ਜੀਜ਼ ਕਹਿੰਦਾ ਉਹਨਾਂ ਨੂੰ ਕਿ ਤੁਹਾਡੇ ਜਿਹੜੇ ਸੀ ਨਾ ਵੱਡੇ ਵਡੇਰੇ, ਉਹ ਸੁਪਰ ਬਾਸਟਡ ਫਨੈਟਿਕ ਡੈਵਲਸ, ਉਹ ਪੱਕੇ ਹਰਾਮੀ ਦੇ ਗਏ। ਜਦੋਂ ਪੱਕੇ ਹਰਾਮੀ ਉਹਨਾਂ ਨੂੰ ਕਿਹਾ ਵੀ ਤੁਸੀਂ ਵੀ ਪੱਕੇ ਹਰਾਮੀ ਹੈਗੇ ਆ, ਕਿ ਤੁਸੀਂ ਜਿਸਮ ਦੇ ਬਣ ਗਏ ਨਾ ਜੀਵ, ਜਿਸਮ ਦੇ ਜੀਵ ਬਣਨ ਕਰਕੇ ਤੁਸੀਂ ਪੈਦਾ ਤਾਂ ਹੋਏ ਆਪਣੇ ਪਿਓ ਦੇ ਘਰ, ਕੋਈ ਜੁਡਾ ਟ੍ਰਾਈਬ ਦਾ, ਕੋਈ ਲੀਵਾਈ ਟ੍ਰਾਈਬ ਦਾ, ਕੋਈ ਬੈਂਜਾਮਿਨ ਟ੍ਰਾਈਬ ਦਾ, ਉਹ ਆਪਣਾ ਟ੍ਰਾਈਬਲ ਆਈਡੈਂਟੀ ਛੱਡ ਕੇ ਤੁਸੀਂ ਜੀਵ ਬਣ ਗਏ। ਜਿੱਦਾਂ ਮੈਂ ਹੈਗਾ ਜੱਟ ਹੈਗਾ ਨਾ, ਮੇਰੀ ਟ੍ਰਾਈਬ ਹੈ, ਇਹ ਜੱਟ ਮੇਰਾ ਜਿਸਮ ਹੈਗਾ, ਅਤੇ ਜੇ ਮੈਂ ਆਪਣੀ ਕੌਮ ਸਿੱਖ ਕਹਿ ਲਵਾਂ ਨਾ, ਆਪਣੀ ਜੱਟ ਕੌਮ ਨੂੰ ਜਵਾਬ ਦੇ ਕੇ, ਮੈਂ ਉਹ ਹਰਾਮੀ ਬਣਦਾ ਜਿਹੜਾ ਕਿ ਕੰਜਰੀ ਦੇ ਪੇਟ 'ਚ ਪੈਦਾ ਹੁੰਦਾ, ਉਹਦੇ ਨਾਲ ਵੀ ਬੰਦਦਾ ਰਿਹਾ, ਕਿ ਮੈਨੂੰ ਤਾਂ ਪਤਾ ਮੇਰਾ ਪਿਓ ਜੱਟ ਹੈਗਾ, ਪੱਕਾ ਹਰਾਮੀ। ਉੱਥੇ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਅਤੇ ਤੁਹਾਡੇ ਪਿਓ ਦਾਦੇ ਜਿਹੜੇ ਸੀਗੇ ਪੱਕੇ ਹਰਾਮੀ ਸੀ। ਅਤੇ ਉਹ ਇੱਟਾਂ ਚੱਕ ਕੇ ਪੈ ਗਿਆ ਉਹਨੂੰ, ਇਹਨੂੰ ਮਾਰਨਾ ਹੈਗਾ। ਅਤੇ ਕਹਿੰਦੇ ਅਸੀਂ ਤਾਂ ਆਪਣੇ ਲੈਜੀਟੀਮੇਟ ਹੈਗੇ, ਅਸੀਂ ਕੰਜਰੀ ਦੇ ਪੇਟ 'ਚ ਨਹੀਂ ਪੈਦਾ ਹੋਏ, ਅਸੀਂ ਤਾਂ ਬਾਕੀ ਆਪਣੇ ਮਾਂ ਪਿਓ ਦੇ ਪੈਦਾ ਹੋਏ ਹੈਗੇ। ਅਤੇ ਉਹ ਕਹਿੰਦਾ ਸਹੀ ਤੁਸੀਂ ਕਹਿੰਦੇ, ਜੋ ਕਹਿੰਦੇ ਆਪਣੇ ਮਾਂ ਪਿਓ ਦੀ ਹੋਣੇ, ਪਰ ਜਦੋਂ ਤੁਸੀਂ ਆਪਣੇ ਆਪ ਨੂੰ ਜੀਵ ਬਣਾ ਲਿਆ ਨਾ ਬਾਹਰਲਾ, ਉਦੋਂ ਤੁਸੀਂ ਆਪਣਾ ਤੌਲਕ ਇਬਰਾਹਿਮ ਨਾਲ ਤੋੜ ਲਿਆ। ਇਬਰਾਹਿਮ ਦੇ ਪੁੱਤਰ ਜਿਹੜੇ ਨੇ ਉਹ ਹੈਗੇ ਨੇ ਉਹਦੇ ਸਾਫ ਦਿਲ ਆਦਮ ਦੇ ਪੁੱਤਰ, ਜਿਹੜੇ ਕਿ ਜੌਨ ਦੀ ਵਾਪਸ ਬਪਟਾਈਜ਼ ਕਰਦਾ ਸੀਗਾ। ਇਸੇ ਤਰ੍ਹਾਂ ਹੀ ਜਦੋਂ ਇੰਡੀਆ ਵਿੱਚ ਲੋਕਾਂ ਨੇ ਸਿੱਖ ਕੌਮ ਅਤੇ ਹਿੰਦੂ ਕੌਮ ਅਤੇ ਮੁਸਲਮਾਨ ਕੌਮ ਬਣਾ ਲਈ ਨਾ, ਅਤੇ ਆਪਣੀ ਜਿਹੜੀ ਜੱਟ ਕੌਮ ਨੂੰ ਅਰਾਈ ਸੈਣੀ ਇਹ ਕੌਮਾਂ ਨੂੰ ਜਵਾਬ ਦੇ ਕੇ, ਅਤੇ ਪੱਕੇ ਹਰਾਮੀ ਬਣ ਗਏ ਸੀਗੇ ਇੱਕ ਦੂਜੇ ਨੂੰ ਵੱਢਿਆ। ਫਿਰ 1947 'ਚ ਜਿੱਦਾਂ ਪੱਕੇ ਹਰਾਮੀ ਕਰਦੇ ਨੇ ਕੰਮ, ਇਹਦੇ ਨਾਲ ਵੱਢੀ ਕੋਈ ਤੁਹਾਨੂੰ ਮਿਲਣੀ ਨਹੀਂ ਹੈਗੀ, ਪਰੂਫ ਨਹੀਂ ਮਿਲਣਾ ਵੀ ਤੁਸੀਂ ਪੱਕੇ ਹਰਾਮੀ ਨਹੀਂ ਹੈਗੇ। ਇਸ ਕਰਕੇ ਆਪਣੇ ਪਿਓ ਦੇ ਬਣੋ, ਪਿਓ ਦੇ ਬਣੋਗੇ ਤਾਂ ਫਿਰ ਤੁਸੀਂ ਇੱਕ ਦੂਜੇ ਨੂੰ ਪਛਾਣੋਗੇ, ਪਹਿਲਾਂ ਆਪਣੇ ਸਰੀਰ ਦਾ ਪਿਓ ਪਛਾਣੋ, ਫਿਰ ਤੁਹਾਨੂੰ ਅੱਲਾ ਵੀ ਪਤਾ ਲੱਗ ਜਾਏ, ਅੱਲਾ ਪਿਓ ਵੀ ਦੀ ਪਛਾਣ ਹੋ ਜਾਏਗੀ। ਜੇ ਇਹਦੀ ਪਛਾਣ ਨਹੀਂ ਹੈਗੀ ਇਸ ਸਰੀਰ ਦੇ ਪਿਓ ਦੀ, ਅੱਲਾ ਨੂੰ ਕੀ ਜਾਣੋਗੇ, ਆਪਣੇ ਪਿਓ ਦੀ ਤਾਂ ਸੁਰਤੀ ਨਹੀਂ ਹੈਗੀ, ਅਤੇ ਅੱਲਾ ਜਿਹੜਾ ਨਜ਼ਰ ਨਹੀਂ ਆਉਂਦਾ ਉਹਦੀ ਸੁਰਤੀ ਕਿੱਦਾਂ ਆ ਜਾਏਗੀ। ਅਤੇ ਇਸ ਕਰਕੇ ਇੱਕ ਆਪਣੇ ਅਰਾਈਂ ਹੈਗੇ ਅਰਾਈਂ ਸਾਹਿਬ, ਉਹ ਉਹਨਾਂ ਨੂੰ ਦੱਸਿਆ ਅਤੇ ਉਹ ਆਪਣੇ ਦੱਸ ਰਿਹਾ ਲੋਕਾਂ ਨੂੰ ਕਿ ਅਸੀਂ ਅਰਬ ਤੋਂ ਨਹੀਂ ਆਏ, ਅਸੀਂ ਇੱਥੋਂ ਹੀ ਹੈਗੇ ਕਨਵਰਟਿਡ,
ਜਿੱਦਾਂ ਸਾਡੇ ਜੱਟਾਂ 'ਚੋਂ ਜੱਟ ਜਿਹੜੇ ਮੁਹੰਮਦਨ ਬਣੇ ਉਹਨਾਂ ਨੇ ਕੌਮ ਨਹੀਂ ਬਦਲੀ, ਉਹੀ ਕੌਮ ਰੱਖੀ ਜੱਟ। ਖੱਤਰੀ ਜਦੋਂ ਬਣੇ ਸੀਗੇ ਮੁਹੰਮਦਨ, ਇਹਨਾਂ ਨੇ ਆਪਣੇ ਆਪ ਨੂੰ ਸ਼ੇਖ ਕੌਮ ਕਲਾਇਆ ਕਿ ਬੜੇ ਪੜ੍ਹੇ ਲਿਖੇ ਅਤੇ ਚਤੁਰ ਚਲਾਕ ਸੀਗੇ। ਲੋਕਾਂ ਨੇ ਬਥੇਰਾ ਇਹਨਾਂ ਨੂੰ ਲੱਖ ਲਾਮ ਪਾਈ, ਜਿਸ ਸੂਤ ਦਾ ਕੁਛ ਨਾ ਬਣੇ ਉਹਦਾ ਬਣੇ ਠੇਸ, ਜਿਹਦੀ ਕੋਈ ਜਾਤ ਨਾ ਉਹ ਸ਼ੇਖ। ਫਿਰ ਇਹ ਵੀ ਸੀਗਾ ਸ਼ੇਖ ਔਰ ਸ਼ੈਤਾਨ ਦਾ ਰੁਤਬਾ ਏਕ ਹੈ। ਸ਼ੈਤਾਨ ਜਿਹੜਾ ਹੈਗਾ ਉਹ ਹੈਗਾ ਜਿਹੜਾ ਕਾਬਾ, ਜਦੋਂ ਹੱਜ ਕਰਨ ਜਾਂਦੇ ਨਾ ਲੋਕ, ਉਦੋਂ ਉੱਥੇ ਮਸ਼ਰਕ ਵੱਲ ਹੈਗਾ ਇੱਕ ਬੁੱਤ, ਉਹ ਸ਼ੈਤਾਨ ਜਿਹੜਾ ਨਾ ਹੈਗਾ ਅਲ ਅਕਸਾ ਅਲ ਦੁਨੀਆ, ਇਹ ਜਿਹੜਾ ਸ਼ੈਤਾਨ ਅਲ ਦੁਨੀਆ ਇਹ ਉਹ ਹੈਗੇ ਜਿਹੜੇ ਟੈਂਪਲ ਦਾਸੀਆਂ ਦੇ ਪੇਟ 'ਚ ਪੈਦਾ ਹੁੰਦੇ ਹਰਾਮੀ, ਜਾਂ ਕੰਜਰੀਆਂ ਦੇ ਹਰਾਮੀ ਪੈਦਾ ਹੁੰਦੇ ਨੇ ਉਹ। ਇਹ ਹੈਗਾ ਸ਼ੈਤਾਨ ਜਿਹੜਾ ਅਲਗੁਸ਼ਤ ਹੈਗਾ, ਇਹ ਉਹ ਹੈਗੇ ਜਿਹੜੇ ਕਿ ਲਾਲਚ ਕਰਕੇ ਨਾ ਕਿਸੇ ਅਮੀਰ ਮੁਲਕ 'ਚ ਗਏ, ਉਹਨਾਂ ਨਾਲ ਮਿਲਣਾ ਹੈਗਾ, ਉਹਦਾ ਦੇ ਨਾਂ ਰੱਖ ਲੈਂਦੇ ਨੇ, ਜਿੱਦਾਂ ਜਾਫਰੀ ਹੋਇਆ, ਅਨਸਾਰੀ ਹੋਇਆ, ਇਹਨਾਂ ਦੇ ਨਾਂ। ਅਤੇ ਉਹ ਸ਼ੈਤਾਨ ਇਹ ਪੱਕੇ ਹੈ ਸ਼ੈਤਾਨ, ਇਹ ਹੈਗਾ ਸ਼ੈਤਾਨ ਜਿਹੜਾ ਸ਼ੇਖ ਔਰ ਸ਼ੈਤਾਨ ਦਾ ਰੁਤਬਾ ਏਕ ਆ। ਪਰ ਆਹ ਸ਼ੈਤਾਨ ਜਿਹੜਾ ਹੈਗਾ ਇਹ ਕਦਰੇ ਨੇਕ ਹੈ, ਇਹ ਭਗਤ ਬਣ ਸਕਦਾ ਸ਼ੈਤਾਨ, ਪਰ ਜਿਹੜਾ ਸ਼ੇਖ ਹੈਗਾ ਉਹ ਭਗਤ ਨਹੀਂ ਬਣ ਸਕਦਾ। ਅਤੇ ਇਹ ਹੈਗਾ ਫਿਰ ਅਲ ਅਕਸਾ, ਜਿਹੜਾ ਜਦੋਂ ਸਿੱਖ ਕੌਮ ਬਣਾ ਲਈ ਤਾਂ ਜੀਵ ਕੌਮ ਬਣਾ ਲਈ ਨਾ, ਇਹ ਆਹ ਜਿਹੜਾ ਜ਼ਬਰਦਸਤ ਹੈਗਾ ਨਾ ਅਲ ਅਕਸਾ, ਇਹਦਾ ਮੁਕਾਬਲਾ ਕਰਨ ਲਈ ਸਤਿਗੁਰੂ ਹੁੰਦਾ ਹੈਗਾ। ਅਤੇ ਇਸੇ ਕਰਕੇ ਜੀਸਸ ਨੇ ਕੁਆਰੀ ਦੇ ਜਨਮ ਲਿਆ ਸੀ ਕਿ ਉਹ ਜੀਵ ਜਿਸਮ ਦੇ ਬਣ ਗਏ ਸੀਗੇ, ਜਿਸਮ ਹੁੰਦਾ ਰੂਹ, ਜੀਵ ਹੁੰਦਾ ਰੂਹ ਦਾ। ਅਤੇ ਆਹ ਹੈਗਾ ਬਾਕੀ ਜਿਹੜਾ ਆਦਮ, ਅਤੇ ਆਹ ਹੈਗਾ ਜਿਹੜਾ ਇਸਲਾਮ ਹੈਗਾ ਅਸਲੀ, ਆਹ ਹੈਗਾ ਸੂਰਜ ਅਤੇ ਤਾਰੇ ਦਾ ਇਸਲਾਮ, ਇਨਸ਼ਮੁੱਲਾ ਦਾ ਇਸਲਾਮ, ਇਨਸ਼ਮੁੱਲਾ ਜਿਹੜਾ ਇੱਥੇ ਹੈਗਾ। ਅਤੇ ਆਹ ਹੈਗਾ ਸੂਰਜ ਜਿਹੜਾ ਕਿ ਭਗਤਾਂ ਦਾ ਇਸਲਾਮ ਹੈਗਾ, ਭਗਤਨ ਅਤੇ ਆਰਫ ਇਹ ਨਿਆਰੇ ਹੁੰਦੇ ਨੇ, ਇਹ ਉਹਨਾਂ ਦਾ ਇਸਲਾਮ ਹੈਗਾ ਨਿਆਰੇ, ਜਿਹੜਾ ਕਿ ਸਤਿਗੁਰੂ ਜੀ ਜੀ ਨੇ ਕਾਇਮ ਕੀਤਾ ਸੀਗਾ। ਅਤੇ ਆਹ ਹੈਗਾ ਜਿਹੜਾ ਕਈ ਬੰਦੇ ਦਾ ਪੁੱਤਰ ਬਣ, ਆਹ ਬੰਦੇ ਦੇ ਪੁੱਤਰ ਹੈਗੇ ਨੇ, ਬੰਦੇ ਦੇ ਪੁੱਤਰ 'ਚ ਇਹ ਦੱਸੋ ਕਿੱਥੇ ਆਉਂਦਾ ਹੈਗਾ, ਹਿੰਦੂ ਸਿੱਖ ਮੁਸਲਮਾਨ ਜਾਂ ਜੀਵ ਕਿੱਥੇ ਆਉਂਦਾ, ਇੱਥੇ ਆਉਂਦਾ, ਗਾਡ ਦੇ ਥੱਲੇ ਆਉਂਦਾ, ਇਹ ਵੇ ਆਫ ਲਾਈਫ ਹੈਗੇ ਨੇ, ਇਹ ਜਿਸਮ ਨਹੀਂ ਹੈਗਾ। ਇਹ ਪਗੜੀ ਅਤੇ ਦਾੜੀ ਰੱਖ ਕੇ ਤਾਂ ਸਿੱਖ ਕਹਿੰਦੇ ਸੀ, ਸਿੱਖ ਹੈਗੇ ਆ ਜਿਸਮ ਦੇ ਬਣ ਜਾਂਦੇ ਨੇ, ਜਿਸਮ ਦੇ ਬਣ ਨਾ ਆਪਣੇ ਪਿਓ ਨੂੰ ਜਵਾਬ ਦੇ ਕੇ ਪੱਕੇ ਹਰਾਮੀ ਬਣ ਜਾਂਦੇ ਨੇ। ਅਤੇ ਇਸ ਕਰਕੇ ਹਰਾਮੀਆਂ ਵਾਲੇ ਕੰਮ ਕੀਤੇ ਸੀ 1947 ਅਤੇ 1984 'ਚ, ਆਪਣਾ ਪਿਓ ਸੰਭਾਲੋ ਅਤੇ ਫਿਰ ਤੁਹਾਨੂੰ ਸਭ ਸੁਰਤੀ ਆ ਜਾਏਗੀ। ਆਹ ਹੈਗਾ ਜਿਹੜਾ ਨਾ ਆਹ ਹੁੰਦਾ ਜੀ ਕਿੰਗਡਮ ਆਫ ਹੈਵਨ, ਇਹ ਰਵਾਈ ਅਤੇ ਪੰਡਿਤ ਜਦੋਂ ਚੰਗੇ ਹੁੰਦੇ ਸੀਗੇ, ਅਮਨ ਚੈਨ ਹੁੰਦਾ ਸੀ, ਇਹ ਰੱਖਦੇ ਸੀ ਅਮਨ ਚੈਨ। ਜਦੋਂ ਇਹ ਲਾਲਚੀ ਹੋ ਜਾਂਦੇ, ਪੈਸੇ ਹੋ ਜਾਂਦੇ ਨੇ, ਅਤੇ ਫਿਰ ਇਹ ਸਤਿਗੁਰੂ ਆਉਂਦਾ ਹੈਗਾ, ਸਤਿਗੁਰੂ ਫਿਰ ਤੁਹਾਨੂੰ ਦਿਲ ਦਾ ਬਣਾਉਂਦਾ ਹੈਗਾ, ਤੁਹਾਡੇ ਦਿਲ ਸਾਫ ਕਰਦਾ ਹੈਗਾ, ਇਹ ਜਿਸਮ ਸਾਫ ਕਰਦਾ ਹੈਗਾ, ਇਹ ਦਿਲ ਸਾਫ ਕਰਦਾ ਹੈਗਾ, ਕਾਮ ਕ੍ਰੋਧ ਲੋਹ ਮੋਹ ਹੰਕਾਰ ਤੋਂ, ਫਿਰ ਤੁਹਾਨੂੰ ਖਾਲਸ ਬਣਾਉਂਦਾ, ਉਹ ਖਾਲਸਾ ਬਣਦਾ ਹੈਗਾ ਜਿਹੜਾ ਜਿਸਮ ਦਾ ਜਾਂ ਰੂਹ ਦਾ ਖਾਲਸ ਹੋਵੇ। ਇਹ ਜਿਹੜੀ ਇਹ ਰੋਇਲ ਕਿੰਗਡਮ ਆਫ ਗੋਡ ਹੈਗੀ, ਇਹ ਤੁਹਾਡੇ ਦਿਲ 'ਚ ਹੈਗੀ, ਬਾਹਰ ਨਹੀਂ ਹੈਗੀ, ਆਹ ਬਾਹਰ ਹੈਗੀ। ਜਿਹੜੀ ਚੀਜ਼ ਜਿਸਮ 'ਤੇ ਲੱਗਦੀ ਰੂਹ 'ਤੇ ਉਲਟ ਲੱਗਦੀ ਹੈਗੀ। ਜਿਸਮ 'ਤੇ ਚਾਹੇਗਾ ਮੋਜੇ ਕਹਿੰਦਾ ਵੀ ਜੇ ਕੋਈ ਤੁਹਾਡੇ ਚਪੇੜ ਮਾਰੇ ਉਹਦੇ ਦੋ ਮਾਰੋ, ਅਤੇ ਰੂਹ 'ਚ ਹੈਗਾ ਅਪੋਜ਼ਿਟ, ਜੇ ਤੁਹਾਡੇ ਇੱਕ ਚਪੇੜ ਮਾਰਦਾ ਉਹਨੂੰ ਦੂਜੀ ਗੱਲ ਕਰੋ ਵੀ ਆ ਵੀ ਮਾਰ ਲਾ, ਹੋਰ ਮਾਰ ਲਿਆ ਚਪੇੜ। ਅਤੇ ਇਹ ਹੈਗਾ ਚਪੇੜ ਦੂਜੀ ਗੱਲ, ਜਿੱਦਾਂ ਸ਼ਮਿਕ ਤਬਰੇਜ ਸੀਗੇ ਉਹ ਖੇਡਦੇ ਹੁੰਦੇ ਸ਼ਤਰੰਜ, ਕਹਿੰਦੇ ਜੇ ਮੈਂ ਜੇ ਖੁਸ਼ ਸੀਗਾ ਵੀ ਜੇ ਮੈਂ ਹਾਰ ਗਿਆ ਅਤੇ ਮੇਰੇ ਚਪੇੜ ਮਾਰੀ ਤੂੰ, ਪਤਾ ਨਹੀਂ ਜਿੱਤ ਗਿਆ ਕਹਿੰਦੇ ਸੀਗੇ, ਅਤੇ ਉਹਨੇ ਦੂਏ ਨੇ ਚਪੇੜ ਮਾਰਨੀ, ਅਤੇ ਉਹ ਫਿਰ ਮੰਮੀ ਨੇ ਇਕੱਲੇ ਸੀਗਾ ਆਪਣਾ ਪੁੱਤਰ, ਅਤੇ ਉੱਥੇ ਸ਼ਤਰੰਜ ਖੇਡਦੇ ਸੀ ਅਤੇ ਉਹ ਚਪੇੜਾ ਮਾਰਦਾ ਸੀਗਾ,
ਤੇ ਉਹ ਆ ਕੇ ਉਹਦੇ ਪੈਰਾਂ ਨੂੰ ਪੈ ਜਦੋਂ ਨਾ ਸ਼ਾਹ ਸ਼ਮਸ ਤਬਰੇਜ਼ ਦੇ, ਫਿਰ ਉਹਨੂੰ ਹੋਸ਼ ਆਏ ਤੇ ਇਹ ਤਾਂ ਬਹੁਤ ਵੱਡਾ ਆਦਮੀ ਹੈਗਾ ਜਿਹਦੇ ਮੈਂ ਚਪੇੜਾ ਮਾਰਦਾ। ਸਿੱਖੀ ਚੁੰਦਾ ਜੇ ਕੋਈ ਇੱਕ ਚਪੇੜ ਮਾਰੇ ਦੂਜੀ ਗੱਲ ਕਰੋ, ਉਹ ਸ਼ਾਹ ਸ਼ਮਸ ਤਬਰੇਜ਼ ਸਿੱਖੀ ਕੁਮਾਰਿਆ ਸੀਗਾ ਅੱਲਾ ਦੀ। ਉਹਨੂੰ ਫਿਰ ਸ਼ਰਮ ਆਈ, ਉਹ ਫਿਰ ਉਹਦਾ ਦੋਸਤ ਬਣ ਗਿਆ। ਏਦਾਂ ਉਹਨੇ ਉਹਨੂੰ ਘੁਮਾਇਆ। ਇਸ ਤਰ੍ਹਾਂ ਹੀ ਜੇ ਤੁਸੀਂ ਅੱਲਾ ਦੇ ਪੁੱਤਰ ਹੈਗੇ ਤਾਂ ਅੱਲਾ ਦੇ ਕਮਾਈ ਕਰਨੀ ਵੀ ਤਾਂ ਹੋਰਾਂ ਨੂੰ ਵੀ ਅੱਲਾ ਦੇ ਪੁੱਤਰ ਬਣਾਓ। ਉਹ ਜਿਵੇਂ ਸ਼ਾਸਤਰ ਸ਼ਮਸ ਤਬਰੇਜ਼ ਨੇ ਬਣਾਇਆ ਸੀ। ਮੈਂ ਮੁਲਤਾਨ ਪੈਦਾ ਹੋਇਆ ਨਾ, ਇਸ ਕਰਕੇ ਮੈਂ ਸ਼ਾਹ ਸ਼ਮਸ ਤਬਰੇਜ਼ ਦਾ ਛੋਟਾ ਭਾਈ ਹੈਗਾ। ਅਤੇ ਤੁਸੀਂ ਵੀ ਬਣੋ ਅੱਲਾ ਦੀ, ਅੱਲਾ ਨੂੰ ਪਛਾਣ ਕੇ। ਅੱਗੇ ਤੁਹਾਡੀ ਮਰਜ਼ੀ ਹੈ, ਇੱਕ ਹੋਰ ਵੀਡੀਓ ਬਣਾਵਾਂਗਾ। ਇਹ ਜਿਹੜਾ ਜਿਹੜਾ ਸਾਰਾ ਕੋਈ ਰਚਿਆ ਹੈਗਾ, ਇੱਕ ਇਹ ਸਾਰਾ ਜਿਹੜਾ ਕ੍ਰੈਡਿਟ ਜਾਂਦਾ ਹੈਗਾ, ਇੱਕ ਰਿਆਜ਼ੀ ਪਠਾਨ ਨੂੰ ਜਾਂਦਾ ਹੈਗਾ, ਅਤੇ ਇੱਧਰ ਆਪਣੇ ਇੰਡੀਆ 'ਚ ਸਿੱਧੂ ਜੱਟ ਨੂੰ ਜਾਂਦਾ ਹੈਗਾ। ਹੁਣ ਪਠਾਨ ਅਤੇ ਜੱਟ ਦੋਨੋਂ ਮਾਰਸ਼ਲ ਟ੍ਰਾਈਬ ਹੈਗੇ ਲੜਾਕੇ, ਇਹ ਇੱਕ ਦੂਜੇ ਨੂੰ ਜੱਫੀਆਂ ਪਾ ਪਾ ਕੇ ਮਿਲਣ, ਤਾਂ ਕਿ ਇਹ ਜਦੋਂ ਇੰਡੀਆ ਪਾਕਿਸਤਾਨ ਦਾ ਝਗੜਾ ਹੁੰਦਾ ਉਦੋਂ ਇੱਕ ਦੂਜੇ ਨੂੰ ਗੋਲੀ ਨਾ ਮਾਰਨ। ਅਤੇ ਇਹ ਜਿੰਨਾ ਸ਼ਰਾਰਤੀ ਜਿਹੜੇ ਹੈਗੇ ਦੁਕਾਨਦਾਰ ਜਿਨ੍ਹਾਂ ਨੇ ਵੰਡ ਕੀਤੀ ਸੀ ਇੰਡੀਆ ਦੀ, ਉਹ ਮੈਂ ਆਰਟੀਕਲ ਪਾਵਾਂਗੇ ਵਿੱਚ ਇਹਦੇ 'ਚ, ਉਹਨਾਂ ਨੂੰ ਦਰੁਸਤ ਕਰੋ। ਉਹਨਾਂ ਨੇ ਤੁਹਾਨੂੰ ਫਿਰ ਵੀ ਨਹੀਂ ਟਿਕਣ ਦੇਣਾ। ਉਹ ਜੁੱਤੀ ਦੇ ਯਾਰ ਹੈਗੇ ਨੇ, ਜੁੱਤੀ ਦੇ ਯਾਰ ਤਦੇ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਆਏ ਸੀ, ਉਹਨਾਂ ਨੇ ਖਾਲਸਾ ਪੰਥ ਸਜਾਇਆ ਸੀ ਕਿਰਪਾਨ ਨਾਲ, ਉਹ ਕਿਰਪਾਨ ਨਾਲ ਸੋਧਣ ਵਾਲੇ ਨੇ। ਅਤੇ ਇਸ ਕਰਕੇ ਤੁਸੀਂ ਉਹਨਾਂ ਤੋਂ ਡਰੋ ਨਾ, ਉਹਨਾਂ ਨੂੰ ਚੰਗੀ ਤਰ੍ਹਾਂ ਲਾਓ, ਉਹਨਾਂ ਦੀ ਚਿਚੜਾ ਦੇ ਲਾਓ ਚੰਗੀ ਤਰ੍ਹਾਂ, ਤਾਂ ਕਿ ਉਹਨਾਂ ਨੂੰ ਹੋਸ਼ ਆਵੇ, ਤਾਂ ਕਿ ਤੁਹਾਡੇ ਜਿਹੜੇ ਦੂਏ ਉਹਨਾਂ ਨੂੰ ਗੁੰਮਰਾਹ ਨਾ ਕਰਨ। ਕਾਫੀ ਮੈਂ ਵੀਡੀਓ ਬਣਾਏ ਹੋਏ ਨੇ, ਬਾਕੀ ਆਪਣੇ ਜਿਹੜੇ ਰਾਏ ਹੈਗੇ ਸਾਹਿਬ ਅਰਾਇਨ ਸਾਹਿਬ, ਇਹਨਾਂ ਦੀ ਹੈਗੀ ਆਪਣੇ ਫੇਸਬੁੱਕ 'ਤੇ ਹੈਗੀ, ਅਤੇ ਇਹ ਇਹਨਾਂ ਨੂੰ ਕਾਫੀ ਇਹਨਾਂ ਨੇ ਕੀਤਾ ਹੈਗਾ ਆਪਣੇ ਕੰਮ ਲੱਭਣ ਲਈ ਵੀ, ਰਾਹੀਂ ਕੌਣ ਹੈਗੇ ਨੇ, ਕਿੱਥੋਂ ਆਏ ਨੇ ਰਾਹੀਂ, ਇਹ ਉੱਥੋਂ ਅਰਬ ਰੂਪ ਤੋਂ ਨਹੀਂ ਆਏ, ਇਹ ਸਾਡੇ 'ਚ ਵੀ ਹੈਗੇ ਨੇ, ਇਹ ਏਰੀਅਨ ਰੇਸ ਦੇ ਹੈਗੇ ਨੇ, ਸਮੈਟਿਕ ਰੇਸ ਦੇ ਨਹੀਂ ਹੈਗੇ। ਅਤੇ ਬਹੁਤ ਸਾਰੀਆਂ ਚੀਜ਼ਾਂ ਬਾਕੀ ਹੈਗਾ, ਮੈਂ ਅਫਰੀਕਾ 'ਚ ਰਿਹਾ, ਉੱਥੇ ਗਾਣਾ 'ਚ ਉੱਥੇ ਇੱਦਾਂ ਦੇ ਰੋਇਟਸ ਜਿਹੜੇ ਆਪਣੇ ਹੋਰ ਹੈ ਇੰਡੀਆ 'ਚ ਸੈਕਟੇਰੀਅਨ ਰੋਇਟਸ, ਉੱਥੇ ਅਮੀਰ ਹੀ ਨਹੀਂ ਹੋ ਸਕਦੀ ਹੋਣਗੇ। ਕਿਉਂ? ਉੱਥੇ ਜਿਹੜੇ ਹੈਗੇ ਨਾ ਲੋਕ ਪਿਓ ਦੇ ਹੈਗੇ ਨੇ, ਆਪਣਾ ਪਿਓ ਨਹੀਂ ਭੁੱਲਦੇ। ਆਹ ਜਿਹੜੀ ਮਿੱਟੀ ਹੈਗੀ, ਇਹ ਮਿੱਟੀ 'ਚ ਮਿੱਟੀ ਬਣੀ, ਮਿੱਟੀ ਜਦੋਂ ਆਪਾਂ ਮਰ ਜਾਈਦਾ ਉਹ ਮਿੱਟੀ ਮਿੱਟੀ 'ਚ ਰਲ ਜਾਂਦੀ ਹੈਗੀ, ਅਤੇ ਆਪਣੀ ਜਿਹੜੀ ਰੂਹ ਹੈਗੀ, ਰੂਹ ਜਿਹੜੀ ਹੈਗੀ ਉਹ ਸੁਪਰ ਨੈਚੁਰਲ ਹੋਗੀ, ਇਹ ਨੈਚੁਰਲ ਹੈਗੀ, ਜਿਹੜੀਆਂ ਦੋ ਖਾਨਾ ਨਜ਼ਰ ਆਉਂਦੀ ਹੈਗੀ। ਸੁਪਰ ਨੈਚੁਰਲ ਜਿਹੜੀ ਹੈਗੀ ਉਹਨੂੰ ਜਾਣਨ ਲਈ ਤੁਹਾਡੀ ਮਨ ਦੀ ਤੀਜੀ ਅੱਖ ਖੁੱਲ੍ਹੀ ਹੋਣੀ ਚਾਹੀਦੀ, ਨਫਸਾਨੀ ਅੱਖ, ਨਫਸ ਦੀ, ਮਨ ਦੀ, ਤਦ ਤੁਹਾਨੂੰ ਉਹ ਨਜ਼ਰ ਆਏਗਾ। ਜੇ ਮਨ ਦੀ ਅੱਖ ਨਹੀਂ ਖੁੱਲ੍ਹੀ ਹੈਗੀ ਤਾਂ ਤੁਹਾਡੇ ਨਜ਼ਰ ਨਹੀਂ ਆਉਣਾ ਉਹ, ਅਤੇ ਨਾ ਹੀ ਉਹਦੇ ਤੁਸੀਂ ਪੁੱਤਰ ਬਣ ਸਕਦੇ ਹੈ। ਇਸ ਕਰ ਉੱਥੇ ਨਾ ਜੇ ਕੋਈ ਇੱਥੇ ਕਾਲੇ ਲੋਕ ਆਏ ਹੋਏ ਨਾ ਅਫਰੀਕਾ ਤੋਂ, ਇੰਗਲੈਂਡ 'ਚ ਆਏ ਹੋਏ ਨੇ, ਅਮੈਰੀਕਾ 'ਚ ਗਏ ਹੋਏ ਨੇ, ਕਨੇਡਾ, ਸਾਰੇ ਮੁਲਕਾਂ 'ਚ ਗਏ ਹੋਏ ਨੇ, ਉਹਨਾਂ 'ਚ ਕੋਈ ਮਰ ਜਾਏ ਨਾ ਉੱਥੇ ਨਹੀਂ ਦਬਾਉਂਦੇ ਉਹਨੂੰ, ਉਹਦੀ ਮਿੱਟੀ ਉਹਦੇ ਪਿੰਡ ਜਿੱਥੇ ਪੈਦਾ ਹੋਇਆ ਸੀ ਉੱਥੇ ਜਾ ਕੇ ਦਬਾਉਂਦੇ ਨੇ। ਕਿਉਂ? ਉਹਨਾਂ ਮਿੱਟੀ ਦੀ ਆਪਣੀ ਪਛਾਣ ਰੱਖਦੇ ਨਾ, ਇਸੇ ਕਰਕੇ ਉਹਨਾਂ ਦੇ ਟ੍ਰਾਈਬਲ ਮਾਰਕ ਹੈਗੇ ਮੂੰਹ 'ਤੇ। ਇਬਰਾਹਿਮ ਨੇ ਵੀ ਟ੍ਰਾਈਬਲ ਮਾਰਕ ਦਿੱਤਾ ਸੀਗਾ ਆਇਜ਼ਕ ਨੂੰ, ਉਹ ਸੀਗਾ ਸੁੰਨਤ ਦਾ। ਉਹ ਸੁੰਨਤ ਜਿਹੜੀ ਹੈਗੀ ਇਕੱਲੇ ਉਹੀ ਕਰ ਸਕਦੇ ਨੇ ਜਿਹੜੇ ਇਬਰਾਹਿਮ ਦੇ ਪੁੱਤਰ ਹੈਗੇ ਨੇ। ਇਹ ਮੁੱਲਾ ਵਗੈਰਾ ਨੇ, ਇਹ ਜਿਹੜੇ ਜੂ ਸੀਗੇ ਹਜ਼ਰਤ ਮੁਹੰਮਦ ਸਾਹਿਬ ਦੇ ਵੀ ਬਾੜੇ 'ਚ ਆ ਗਏ ਨਾ, ਉਹਦੇ 'ਚ ਵੀ ਆ ਰਹੇ, ਅਤੇ ਇਹਨਾਂ ਨੇ ਸਾਰਾ ਜੂਆਂ ਨੇ ਫਿਰ ਕਬਜ਼ਾ ਕਰ ਲਿਆ, ਜਿੱਦਾਂ ਕਿ ਉੱਥੇ ਜੀਜ਼ਸ ਦੇ ਪਿਤਾ ਦੀ ਚਰਚ 'ਤੇ ਕਬਜ਼ਾ, ਜਰੂਜ਼ਲਮ 'ਤੇ ਆਪਣੀਆਂ ਚਲਾ ਦਿੱਤੀਆਂ ਸਾਰੀਆਂ ਅਤੇ ਕੱਢ ਦਿੱਤੇ
ਜਿਹੜੇ ਸੀਗਾ ਅਪੋਸਟਲ ਜਿਹੜੇ ਸੀਗੇ ਪ੍ਰਚਾਰਕ, ਉਹਨਾਂ ਨੂੰ ਧੱਕੇ ਮਾਰ ਕੇ ਕੱਢ ਦਿੱਤਾ, ਨਹੀਂ ਉਹਨਾਂ ਨੂੰ ਫੜ ਫੜ ਕੇ ਅਤੇ ਉਹਨਾਂ ਨੂੰ ਸ਼ੇਰਾਂ ਮੋਹਰੇ ਪਾਇਆ ਸੀਗਾ, ਏਦਾਂ ਮਾਰਿਆ ਸੀਗਾ। ਇਹੋ ਹੀ ਫਿਰ ਵੜ ਗਿਆ ਸੀਗੇ ਆਪਣੇ ਹਜ਼ਰਤ ਮੁਹੰਮਦ ਸਾਹਿਬ ਦੇ ਵਿਹੜੇ 'ਚ ਹਾਤੇ 'ਚ, ਅਤੇ ਉਹਨਾਂ ਨੇ ਉਹੀ ਫਿਰ ਕੰਮ ਹਾਤਾ ਉਹਨਾਂ ਸਾਂਭ ਲਿਆ। ਸਾਂਭ ਕੇ ਤਾਂ ਉਹੀ ਆਪਣੀਆਂ ਜਿਹੜੀਆਂ ਸੀ ਨਾ ਟੈਂਪਲ ਦੀਆਂ ਪ੍ਰੈਕਟਿਸਿਸ, ਉਹੀ ਲਿਆ ਕੇ ਇੱਥੇ ਮਾਰੀਆਂ, ਯਾਨੀ ਕਿ ਉਹ ਬਣਾਈਆਂ। ਅਤੇ ਮੁਸਲਮਾਨ ਜਿਸਮ ਦਾ ਬਜਾਏ ਜਾਂਦੇ ਉਹ ਸੁੰਨਤ ਕਰੀ ਜਾਂਦੇ ਸੀ। ਹੁਣ ਸੁੰਨਤ ਜਿਹੜੇ ਸੀਗੇ ਇਬਰਾਹਿਮ ਦੇ ਇਸ਼ਮਾਇਲ ਦੇ ਸੁੰਨਤ ਨਹੀਂ ਸੀ ਕੀਤੀ, ਸੁੰਨਤ ਕੀਤੀ ਸੀ ਆਇਜ਼ਕ ਦੇ, ਅਤੇ ਇਜ਼ਬਤ ਦੇ ਲੋਕ ਤਾਂ ਹੈਗੇ ਇਸ਼ਮਾਇਲ ਦੇ, ਉਹਨਾਂ ਨੂੰ ਹਰਾਮ ਵੀ ਬਣਾਈ ਜਾਂਦੇ ਸੀ ਸੁੰਨਤ ਕਰ ਕਰਕੇ। ਇਹਦੀ ਜਿਹੜੀ ਪੜਤਾਲ ਕਰੋ ਪੂਰੀ ਤਾਂ ਤੁਸੀਂ ਬੜੇ ਹੈਰਾਨ ਹੋਵੋਗੇ, ਪਰ ਮੈਂ ਸਾਰੀਆਂ ਇੱਥੇ ਨਹੀਂ ਚੀਜ਼ਾਂ ਦੱਸਣਾ ਚਾਹੁੰਦਾ ਕਿ ਜਿਹਨਾਂ ਨੂੰ ਅਕਲ ਹੈਗੀ ਉਹ ਆਪੇ ਲੱਭ ਲੈਣਗੇ। ਜਿੱਦਾਂ ਕਿ ਅਰਾਈਂ ਸਾਹਿਬ ਹੈਗੇ ਨੇ, ਇਹਨਾਂ ਬਹੁਤ ਕੀਤੀ ਸੀ, ਅਤੇ ਇਹਨਾਂ ਨੂੰ ਮੈਂ ਗੁਜ਼ਾਰਿਸ਼ ਕਰਦਾ ਕਿ ਤੁਸੀਂ ਆਪਣੇ ਪਲਾਕਾਰਡ ਬਣਾ ਕੇ ਨਾ ਵੱਡੇ ਵੱਡੇ ਉੱਪਰ ਲਿਖੋ, ਮੇਰੀ ਕੌਮ ਰਾਈ ਹੈ, ਲੇਕਿਨ ਮੇਰੀ ਅਸਲੀ ਕੌਮ ਜਿਹੜੀ ਹੈਗੀ ਇੰਡੀਆ ਤੋਂ ਉਹ ਮੇਰੀ ਆਹ ਹੈਗੀ, ਕੰਬੋਜ ਹੈਗੀ ਆ, ਸੈਨੀ ਹੈਗੀ ਆ, ਕੌਮ ਹੈਗੀ ਆ। ਅਤੇ ਉਹਨਾਂ ਨੂੰ ਬੁਲਾਓ ਆਪਣੇ ਸੈਨੀਆਂ ਨੂੰ ਜਿਹੜੇ ਇੰਡੀਆ ਤੋਂ ਆਉਂਦੇ ਨੇ, ਆਓ ਮਿਲੋ ਸਾਨੂੰ, ਤੁਹਾਨੂੰ ਪਿੰਡ ਦਿਖਾ ਲਈਏ ਤੁਹਾਡਾ। ਇਹ ਤਾਂ ਉਹਨਾਂ ਜੱਟਾਂ ਨੂੰ ਵੀ ਨਾਲ ਲੈ ਕੇ ਜਾਓ, ਉਹਨਾਂ ਨੂੰ ਵੀ ਸ਼ਰਮ ਦਵਾਓ ਕਿ ਤੁਹਾਡੇ ਜੱਟ ਤਾਂ ਇੱਕ ਦੂਜੇ ਨੂੰ ਜਾਣਦੇ ਆ, ਤੁਸੀਂ ਪਲਾਕਾਰਡ ਬਣਾਓ, ਖੜ੍ਹੇ ਹੋਵੋ ਉੱਥੇ ਜਾ ਕੇ ਵੀ ਮੈਂ ਸਿੱਧੂ ਜੱਟ ਹੈਗਾ, ਰੰਧਾਵਾ ਜੱਟ ਹੈਗਾ, ਆਹ ਜੱਟ ਹੈਗਾ, ਆਓ ਤੁਹਾਨੂੰ ਪਿੰਡ ਦਿਖਾ ਕੇ ਲਿਆਵਾਂ ਮੈਂ। ਤਦ ਤਾਂ ਗੱਲ ਹੋਈ ਨਾ, ਅਤੇ ਅੱਗੇ ਤੁਹਾਡੀ ਮਰਜ਼ੀ ਕਿ ਸਾਰੀਆਂ ਚੀਜ਼ਾਂ ਬਹੁਤ ਆਪਣੇ ਰਿਆਜ਼ੀ ਪਠਾਨ ਇਮਰਾਨ ਖਾਨ ਅਤੇ ਸਿੱਧੂ ਜੱਟ ਨਵਜੋਤ, ਇਹਨਾਂ ਦੀ ਕਮਾਲ ਹੈਗੀ, ਅਤੇ ਇਹਨਾਂ ਨੂੰ ਤੁਸੀਂ ਸ਼ੁਕਰਾਨਾ ਕਰੋ।